ਪੂਰੇ ਜੱਗ ਵਿੱਚ ਵੱਸਦੇ ਹੋਏ ਪੰਜਾਬੀ ਨਾਲ ਪਿਆਰ ਕਰਨ ਵਾਲੇ ਮਿੱਤਰੋ, ਸੱਜਣੋ, ਸਾਥੀਓ, ਬਾਂਬੇਲੀਓ, ਕਿਸਾਨ ਬਾਜਵਾ ਜੱਟ ਕਬੀਲਿਆਂ ਬਾਰੇ ਇੱਕ ਹੋਰ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅਸੀਂ ਬਾਬਾ ਬਾਜਵਾ ਚੈਨਲ ਤੋਂ ਜਿੱਥੇ ਇੱਕ ਪਾਸੇ ਜੱਟ ਕਬੀਲਿਆਂ ਦੇ ਪਿਛੋਕੜ ਦੇ ਬਾਰੇ 'ਚ ਉਹਨਾਂ ਦਾ ਜਿਹੜਾ ਤਾਰੀਖੀ ਪਰਸਪੈਕਟਿਵ ਹੈ, ਤਾਰੀਖੀ ਸਾਰਾ ਰੰਗ ਰੂਪ ਹੈ, ਉਹ ਤੁਹਾਡੇ ਨਾਲ ਬਿਆਨ ਕਰਨੇ ਆ। ਉਹਦੇ ਨਾਲ ਨਾਲ ਅਸੀਂ ਜਿਹੜੇ ਇੱਥੋਂ ਦੇ ਕਬੀਲੇ ਨੇ ਉਹਨਾਂ ਦੇ ਬਾਰੇ ਵੀ ਜਿਹੜੀ ਲੱਭੀ ਖੋਜੀ ਤਾਰੀਖ ਹੈ ਉਹ ਵੀ ਤੁਹਾਡੇ ਨਾਲ ਬਿਆਨ ਕਰਨੇ ਆ। ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੱਜਾ ਅਤੇ ਜਠੌਲ ਦੋ ਕਬੀਲੇ ਨੇ, ਇਹ ਜੋ ਕਿ ਦੋਵੇਂ ਸੱਕੇ ਭਰਾ ਸਨ ਅਤੇ ਇਹਨਾਂ ਦੀ ਤਾਰੀਖ ਵੀ ਕੋਈ ਹੈ, ਪਿਛੋਕੜ ਵੀ ਕੋਈ ਹੈ, ਅਤੇ ਇਹਨਾਂ ਦੋਵਾਂ ਦੇ ਬਾਰੇ 'ਚ ਤੁਹਾਡੇ ਨਾਲ ਜਾਣਕਾਰੀ ਜਿਹੜੀ ਹੈ ਸਾਂਝੀ ਕਰ ਰਹੇ ਹਾਂ। ਜਿਸ ਤਰ੍ਹਾਂ ਕਿ ਕਈ ਕਬੀਲੇ ਸਾਨੂੰ ਇੰਝ ਦੇ ਵੀ ਮਿਲਦੇ ਨੇ ਕਿ ਇਹਨਾਂ ਦਾ ਕਈਆਂ ਥਾਵਾਂ ਉੱਤੇ ਆਬਾਦੀ ਪਸਰੀ ਹੁੰਦੀ ਹੈ, ਪਰ ਤਾਰੀਖਾਂ ਲਿਖਣ ਵਾਲੇ ਜਿਹੜੇ ਨੇ ਉਹਨੂੰ ਅੱਖੋਂ ਪਰੋਖੇ ਕਰ ਛੱਡਦੇ ਨੇ ਔਰ ਉੱਧਰ ਝਾਤੀ ਨਹੀਂ ਮਾਰਦੇ। ਇਹ ਹੀ ਹਾਲ ਹੈ ਵੀ ਸਿਆਲਕੋਟ ਜ਼ਿਲ੍ਹੇ ਦਾ ਜਿਹੜਾ ਮਤਲਬ 14-15 ਪਿੰਡਾਂ ਦੇ ਵਿੱਚ ਇਸ ਕਬੀਲਿਆਂ ਇਹਨਾਂ ਕਬੀਲਿਆਂ ਦੀ ਆਬਾਦੀ ਹੈ ਜੱਜਾ ਅਤੇ ਜਠੌਲ ਦੀ, ਲੇਕਿਨ ਸਿਆਲਕੋਟ ਦਾ ਜਿਹੜਾ ਗਜ਼ਟੀਅਰ ਹੈ 1921 ਦਾ, ਉਹਦੇ ਵਿੱਚ ਇਹਦਾ ਔਕਾ ਭੋਗ ਨਹੀਂ ਪਾਇਆ ਗਿਆ ਇਹਨਾਂ ਕਬੀਲਿਆਂ ਦਾ। ਹਾਲਾਂ ਹੋਰ ਥਾਵਾਂ ਦੇ ਵਿੱਚ ਇਸ ਕਬੀਲੇ ਦੇ ਭਾਵੇਂ ਟਾਵੇਂ ਟਾਵੀਂ ਆਬਾਦੀ ਵੱਸਦੀ ਹੈ, ਪਰ ਸਿਆਲਕੋਟ ਦੀ ਤਹਿਸੀਲ ਦੇ ਦੱਖਣ ਵਾਲੇ ਪਾਸੇ ਇਹਨਾਂ ਦੇ ਇਕੱਠੇ ਚੋਖੇ ਪਿੰਡ ਨੇ। ਤੋ ਇੰਝ ਪੰਜਾਬ ਕਾਸਟਸ ਦੇ ਲਿਖਾਰੀ ਇਪਸਨ ਡੈਨਜ਼ਲ ਨੇ ਵੀ ਇਸ ਕਬੀਲੇ ਦਾ ਜ਼ਿਕਰ ਨਹੀਂ ਕੀਤਾ, ਭਾਵੇਂ ਕਿਤੇ ਟੇਬਲ ਦੇ ਵਿੱਚ ਤਾਂ ਨਾਂ ਦਿੱਤਾ ਹੀ ਹੋਵੇਗਾ, ਲੇਕਿਨ ਬਾਕਾਇਦਾ ਜਿਹੜਾ ਤਾਰੀਖ ਕਬੀਲੇ ਦਾ ਨਾਂ ਲਿਖ ਕੇ ਅਤੇ ਉਹਦੇ ਪਿਛੋਕੜ ਦੇ ਬਾਰੇ 'ਚ ਉਹਦਾ ਕੋਈ ਜ਼ਿਕਰ ਨਹੀਂ ਕੀਤਾ। ਅਤੇ ਉਹ ਜ਼ਰੂਰੀ ਸੀ ਕਿ ਇਹਨਾਂ ਨੂੰ ਉਹਦਾ ਜ਼ਿਕਰ ਕਰਨਾ ਚਾਹੀਦਾ ਸੀ, ਉਹਦੇ ਪਿਛੋਕੜ ਬਾਰੇ ਵੀ ਦੱਸਣਾ ਚਾਹੀਦਾ ਸੀ। ਅਤੇ ਕੁਝ ਤਰੀਕੇ ਜਿਹੜੇ ਤਾਰੀਖੀ ਤਜ਼ਕਰੇ ਨੇ ਉਹਦੇ ਵਿੱਚ ਫਿਰ ਵੀ ਇਹਨਾਂ ਦਾ ਜ਼ਿਕਰ ਥੋੜ੍ਹਾ ਬਹੁਤਾ ਜਿਹੜਾ ਸਾਨੂੰ ਮਿਲ ਜਾਂਦਾ। ਮਸਲ ਤਾਰੀਖ ਮਕਸ ਨੇ ਪੰਜਾਬ ਜਿਹੜੀ ਹੈ ਜਿਹਨੂੰ ਲਿਖਾਰੀ ਮੁਫਤੀ ਗੁਲਾਮ ਸਰਵਰ ਕੁਰੈਸ਼ੀ ਲਾਹੌਰੀ ਨੇ ਲਿਖਿਆ ਸੀ, ਉਹਦੇ ਵਿੱਚ ਜੱਜਾ ਅਤੇ ਜਠੌਲ ਕਬੀਲੇ ਦਾ ਜ਼ਿਕਰ ਇੰਝ ਕਰ ਮਿਲਦਾ ਕਿ ਜੱਜਾ ਅਤੇ ਜਠੌਲ ਦੋਵੇਂ ਕੌਮਾਂ ਆਪਣਾ ਨਿਕਾਸ ਸੂਰਜਵੰਸੀ ਰਾਜਪੂਤਾਂ ਨਾਲ ਜੋੜਦੀਆਂ ਨੇ ਅਤੇ ਆਖਦੀਆਂ ਨੇ ਵੀ ਇਹਨਾਂ ਦਾ ਵਟਕਾ ਜਾਮ ਉੱਚ ਸ਼ਰੀਫ ਅਤੇ ਇਲਾਕਾ ਮੁਲਤਾਨ ਤੋਂ ਉੱਠ ਕੇ ਪੰਜਾਬ ਵੱਲ ਨੂੰ ਆਇਆ ਸੀ ਅਤੇ ਉਹਨੇ ਸਿਆਲਕੋਟ ਵਿੱਚ ਆਣ ਕੇ ਅਤੇ ਆਪਣਾ ਵਾਸ ਵਸਾ ਲਿਆ। ਉਹਦੇ ਦੋ ਪੁੱਤਰ ਜੱਜਾ ਅਤੇ ਜਠੌਲ ਹੋਏ, ਜਿਨ੍ਹਾਂ ਨੇ ਪਹਿਲੋਂ ਪਸਰੂਰ ਦੇ ਇਲਾਕੇ ਵਿੱਚ ਖੜਿਆਲਾ, ਇਹ ਪਤਾ ਨਹੀਂ ਕਿੱਥੇ ਪਿੰਡ ਹੈ, ਮੈਂ ਨਹੀਂ ਸੁਣਿਆ ਅੱਜ ਤੱਕ, ਵਸਾਇਆ ਅਤੇ ਮੁੜ ਉਹਨਾਂ ਦੀ ਜ਼ਾਤ ਬਰਾਦਰੀ ਵਾਲੇ ਕਈਆਂ ਥਾਵਾਂ 'ਤੇ ਹੋਰ ਵੀ ਵੱਸ ਗਿਆ ਅਤੇ ਮੁੜ ਜੱਟਾਂ ਨਾਲ ਸਾਕਾਚਾਰੀ ਕਰਨ ਪਾਰੋਂ ਜੱਟ ਬਣ ਗਿਆ। ਇਹ ਉਹ ਭੁਲੇਖੇ ਪਾਉਣ ਵਾਲੀ ਗੱਲ ਹੈ ਜਿਹੜੀ ਇਹਨਾਂ ਸਾਰੇ ਤਜ਼ਕਰਿਆਂ ਵਿੱਚ ਮਿਲਦੀ ਹੈ ਕਿ ਪਹਿਲਾਂ ਉਹ ਰਾਜਪੂਤ ਸਨ ਅਤੇ ਮਗਰੋਂ ਜੱਟ ਬਣ ਗਏ। ਅਸਲ ਵਿੱਚ ਇਸ ਬਾਰੇ ਖੋਜਕਾਰਾਂ ਨੇ ਬੜਾ ਘੱਟ ਧਿਆਨ ਦਿੱਤਾ, ਇਹ ਪੱਕੀ ਪੀੜ੍ਹੀ ਗੱਲ ਹੈ ਵੀ ਜਾਮ ਦੀ ਔਲਾਦ ਨੇ, ਪਰ ਉਹ ਜਾਮ ਦੀ 4 ਪੀੜ੍ਹੀਆਂ ਪਹਿਲਾਂ ਹੋਇਆ ਜਿਹਦੀ ਇਹ ਔਲਾਦ ਸਨ। ਇਹਦੇ ਬਾਰੇ ਅੱਗੇ ਜਾ ਕੇ ਅਸੀਂ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ। ਰਹੀ ਰਾਜਪੂਤਾਂ ਤੋਂ ਜੱਟ ਬਣਨ ਵਾਲੀ ਗੱਲ, ਤਾਂ ਇਹ ਅੱਗੇ ਵੀ ਤੁਹਾਡੇ ਨਾਲ ਕਰਦੇ ਰਹਿੰਦੇ ਹਾਂ ਕਿ ਇਹ ਇੱਕ ਹਾਸੋਹੀਣੀ ਗੱਲ ਹੈ ਜਿਹੜੀ ਸਾਡੀ ਸਮਝ 'ਚ ਨਹੀਂ ਆਉਂਦੀ, ਕਿਉਂਕਿ ਜੱਟ ਜਿਹੜਾ ਉਹ ਤਾਂ ਜੱਟ ਹੀ ਹੁੰਦਾ ਔਰ ਨਸਲ ਜਿਹੜੀ ਹੈ ਬਾਪ ਵੱਲੋਂ ਟੁੱਟਦੀ ਹੈ, ਔਰ ਫਿਰ ਕਿਸ ਤਰ੍ਹਾਂ ਇਹ ਮਤਲਬ ਇਹ ਤਜ਼ਕਰਾ ਨਗਾਰ ਜਿਹੜੇ ਨੇ ਇਸ ਤਰ੍ਹਾਂ ਦੀਆਂ ਯਾਵੀਆਂ ਮਾਰਦੇ ਨੇ ਜਿਹੜੀ ਸਾਡੀ ਸਮਝੋਂ ਬਾਹਰ ਹੈ। ਹੁਣ ਅਸੀਂ ਵੇਖਦੇ ਹਾਂ ਕਿ ਇਹਨਾਂ ਦੋਵਾਂ ਕਬੀਲਿਆਂ ਦੇ ਬਾਰੇ 'ਚ ED ਮੈਕਲੇਗਨ ਅਤੇ HA ਰੂਜ਼ ਆਪਣੀ ਜੱਗ ਜਾਣੀ ਕਿਤਾਬ ਏ ਗਲੋਸਰੀ ਆਫ ਟ੍ਰਾਈਬਸ ਐਂਡ ਕਾਸਟਸ ਆਫ ਦਾ ਪੰਜਾਬ ਐਂਡ ਨਾਰਥ ਵੈਸਟ ਪ੍ਰੋਵਿੰਸਿਸ ਵਿੱਚ ਕਿਵੇਂ ਬਿਆਨ ਦਿੰਦੇ ਨੇ। ਇਸ ਤਜ਼ਕਰੇ 'ਚ ਲਿਖਿਆ ਹੋਇਆ ਮਿਲਦਾ ਕਿ ਸਿਆਲਕੋਟ ਦੇ ਜੱਟ ਕਬੀਲੇ ਨੇ ਅਤੇ ਇਹ ਸੂਰਜਵੰਸੀ ਰਾਜਪੂਤ ਹੋਣ ਦੇ ਦਾਅਵੇਦਾਰ ਨੇ। ਜਦੋਂ ਇਹ ਜੱਟ ਕਬੀਲੇ ਨੇ ਤਾਂ ਮੁੜ ਸੂਰਜਵੰਸੀ ਰਾਜਪੂਤ ਹੋਣ ਦਾ ਕਿਹੜਾ ਤੁੱਕ ਹੈ, ਅਤੇ ਆਖਦੇ ਨੇ ਵੀ ਇਹਨਾਂ ਦਾ ਵਟਕਾ ਜਾਮ ਮੁਲਤਾਨੋਂ ਉੱਠ ਕੇ ਇੱਥੇ ਆਣ ਵਸਿਆ ਸੀ। ਹੁਣ ਧਿਆਨ ਕਰਨ ਵਾਲੀ ਗੱਲ ਹੈ ਵੀ ਜੇ ਜਾਮ ਮੁਲਤਾਨੋਂ ਉੱਠ ਕੇ ਆਇਆ ਸੀ ਤਾਂ ਉਹ ਤਾਂ 4 ਪੀੜ੍ਹੀਆਂ ਪਹਿਲੋਂ ਦੀ ਗੱਲ ਹੈ। ਜਾਮ ਦੇ ਤਾਂ ਇਹ ਪੋਤਰੇ ਸਹਿਰਾਜ ਪਾਲ ਦੇ ਅੱਗੋਂ ਪੁੱਤਰ ਨੇ, ਯਾਨੀ ਜਾਮ ਦੇ ਪੜਪੋਤਰੇ ਨੇ।
ਮੁੜ ਜੱਜਾ ਅਤੇ ਜਠੌਲ ਦੇ ਸਾਰੇ ਪੁੱਤਰਾਂ ਦੀ ਔਲਾਦ ਸਿੰਧ ਵਿੱਚ ਕਿਵੇਂ ਜਾ ਪੜੀ, ਜਿਹਦਾ ਜ਼ਿਕਰ ਅਸੀਂ ਅੱਗੇ ਜਾ ਕੇ ਕਰਾਂਗੇ। ਅੱਗੇ ਲਿਖਿਆ ਵੀ ਉਹਦੇ ਯਾਨੀ ਜਾਮ ਦੇ ਦੋ ਪੁੱਤਰਾਂ ਜੱਜਾ ਅਤੇ ਜਠੌਲ ਨੇ ਸਿਆਲਕੋਟ ਵਿੱਚ ਤਹਿਸੀਲ ਪਸਰੂਰ ਵਿੱਚ ਪਿੰਡਾਂ ਦਾ ਨੀਂਹ ਪੱਥਰ ਰੱਖਿਆ। ਅਤੇ ਅੱਗੇ ਲਿਖਿਆ ਹੋਇਆ ਮਿਲਦਾ ਕਿ ਇਹਨਾਂ ਦੇ ਮਰਾਸੀ ਪੋਸਲਾ ਨੇ, ਬਾਹਮਣ ਜਿਹੜੇ ਭੱਦਰ ਨੇ ਅਤੇ ਇਹਨਾਂ ਦੇ ਨਾਈ ਜਿਹੜੇ ਨੇ ਉਹ ਖੋਖਰ ਨੇ। ਇਸ ਤਜ਼ਕਰੇ ਵਿੱਚ ਵੀ ਉਹਨਾਂ ਨੂੰ ਰਾਜਪੂਤ ਬਣਾਤਾ ਗਿਆ, ਹਾਲਾਂ ਸੂਰਜਵੰਸ਼ੀ ਕਬੀਲੇ ਦੇ ਤਾਂ ਸਾਰੇ ਲੋਕ ਮੁੱਢੋਂ ਅਤੇ ਤੁਰੋਂ ਜੱਟ ਨੇ, ਮੁੜ ਰਾਜਪੂਤ ਕਿਵੇਂ ਬਣ ਗਏ? ਹਾਲਾਂ ਰਾਜੇ ਦੇ ਪੁੱਤਰ ਨੂੰ ਰਾਜਪੁੱਤਰ ਆਖਿਆ ਜਾਂਦਾ, ਰਾਜਪੂਤ ਨਹੀਂ ਆਖਿਆ ਜਾਂਦਾ। ਹੁਣ ਅਸੀਂ ਵੇਖਦੇ ਹਾਂ ਵੀ ਸਾਡੇ ਸੱਜਣ ਆਰੀਆ ਡਾਕਟਰ ਲਾਲ ਬਖਸ਼ ਨਾਇਚ ਮੱਲੀ ਜੱਟ ਆਪਣੀ 11 ਜਿਲ ਦੀ ਕਿਤਾਬ ਅਣਛਪੀ ਕਿਤਾਬ ਨਾਇਚਨਾਮਾ ਵਿੱਚ ਇਹਨਾਂ ਕਬੀਲਿਆਂ ਬਾਰੇ ਕੀ ਦੱਸਦੇ ਨੇ। ਉਹ ਲਿਖਦੇ ਨੇ ਵੀ ਇਹ ਦੋਵੇਂ ਕਬੀਲੇ ਸਰੋਇਆ ਦੀ ਔਲਾਦ ਵਿੱਚੋਂ, ਅੱਗੋਂ ਮੱਲੀ ਕਬੀਲੇ ਵਿੱਚੋਂ ਨੇ ਅਤੇ ਮੱਲੀ ਕਬੀਲਾ ਬਾਰੇ ਯੂਨਾਨੀਆਂ ਨੇ ਉਹਨਾਂ ਨੂੰ ਉਪਾਈ ਡਰਾਇਕੀ ਆਖਿਆ ਸੀ, ਰੋਮੀਆਂ ਨੇ ਯਰਨ ਆਖਿਆ ਸੀ, ਹਿੰਦੀਆਂ ਨੇ ਉਹਨਾਂ ਨੂੰ ਮਾਲੋ ਲਾਕਾ ਲੇਕਾ ਆਖਿਆ ਅਤੇ ਸਿੰਧੀਆਂ ਨੇ ਇਸ ਨੂੰ ਮਾਲੀ ਆਖਿਆ। ਵੇਦਾਂ ਦੀ ਜ਼ੁਬਾਨੀ ਗਵਾਹੀ ਮਿਲਦੀ ਹੈ ਕਿ ਇਹ ਲੋਕ ਸਰਸਵਤੀ, ਹਾਕੜਾ, ਘੱਗਰ, ਜਮਨਾ, ਕੰਬਾ ਯਾਨੀ ਕਾਬਲ ਦਰਿਆ ਅਤੇ ਰਾਵੀ ਅਤੇ ਚਨਾਨ ਦੇ ਕੰਢਿਆਂ 'ਤੇ ਆਬਾਦ ਸਨ। ਇਹਨਾਂ ਨੂੰ ਆਰੀਆ ਵੇਦਿਕ ਮਤਲਬ ਇਹ ਕਬੀਲੇ ਵੀ ਆਖਿਆ ਜਾਂਦਾ ਸੀ। ਆਰੀਆ ਜੱਟ ਕਬੀਲੇ ਸਨ ਜਿਨ੍ਹਾਂ ਅੰਦਰ 5 ਮਸ਼ਹੂਰ ਕਬੀਲੇ ਹੋਏ ਨੇ, ਜਿਨ੍ਹਾਂ ਬਾਰੇ ਮਿਸਲ ਮਸ਼ਹੂਰ ਏ। ਸੰਗਲੀ ਜਿਨ੍ਹਾਂ ਦੀ ਦਾਦੀ ਸਰੋਇਆ ਯਾਨੀ ਸੁਬੋਈ, ਜਿਨ੍ਹਾਂ ਦਾ ਦਾਦਾ ਸੁਲੱਖਣੀ, ਸੋਢੀ ਜਿਨ੍ਹਾਂ ਦੀ ਅੰਮਾ ਮੱਲੀ, ਜਿਨ੍ਹਾਂ ਦਾ ਆਬਾ ਸੁਲੱਖਣੀ ਜਾਏ ਮੱਲੀ ਨੂੰ 5 ਪੁੱਤਰ ਭੁੱਟਾ, ਡਾਰ, ਨਾਇਚ, ਸ਼ਜਰਾ ਅਤੇ ਲੰਗਾ। ਇਹ ਜ਼ਿਕਰ ਯੂਨਾਨੀਆਂ ਵੀ ਕੀਤਾ ਅਤੇ ਪਾਰਸੀ ਲੋਕਾਂ ਵੀ ਇਹਨਾਂ ਦੇ ਬਾਰੇ ਬਿਆਨ ਕੀਤਾ। ਹੁਣ ਅਸੀਂ ਜੱਜਾ ਅਤੇ ਜਠੌਲ ਕਬੀਲੇ ਦਾ ਜਿਹੜਾ ਪੀੜ੍ਹੀਨਾਮਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ। ਮੱਲੀ ਦੇ 5 ਪੁੱਤਰਾਂ ਵਿੱਚੋਂ ਨਾਇਚ ਤੀਜੇ ਨੰਬਰ 'ਤੇ ਸੀ। ਨਾਇਚ ਦੀ ਬੀਵੀ ਕੁੰਦਨ ਬਾਈ ਵਿੱਚੋਂ 4 ਪੁੱਤਰ ਬੁੱਚਾ, ਸੁਹਾਵਣ, ਨੌਲ ਅਤੇ ਤੂਰ ਜਿਹੜੇ ਨੇ ਹੋਏ, ਜਿਨ੍ਹਾਂ ਨੂੰ ਇੱਕ ਮਾਂ 'ਚੋਂ ਹੋਣ ਕਰਕੇ ਸਮਾਤਰੀ ਭਾਈ ਵੀ ਆਖਿਆ ਜਾਂਦਾ ਸੀ। ਅੱਗੋਂ ਨਾਇਚ ਦੇ 3 ਨੰਬਰ ਵਾਲੇ ਪੁੱਤਰ ਨੌਲ, ਜਿਹਨੂੰ ਕਈਆਂ ਇਲਾਕਿਆਂ ਦੇ ਵਿੱਚ ਨਵਲ ਵੀ ਆਖਿਆ ਜਾਂਦਾ, ਜਿਹੜੇ ਝੰਗ ਦੇ ਵਿੱਚ ਸਿਆਲ ਕਬੀਲੇ ਤੋਂ ਪਹਿਲਾਂ ਬੜੇ ਲੰਮੇ ਚਿਰ ਲਈ ਰਾਜ ਨੁਆਬੀ ਰਾਜ ਵੀ ਕਰਦੇ ਰਹੇ ਨੇ, ਉਹ ਨੌਲ ਕਬੀਲਾ ਜਿਹੜਾ ਮਤਲਬ ਉਹਦੇ 11 ਪੁੱਤਰ ਦੋਸਰਪਾਲ, ਰੋਡਾਪਾਲ, ਨੰਦਪਾਲ, ਧੰਨਪਾਲ, ਲੋਧਰਾਪਾਲ, ਸ਼ੰਕਰਪਾਲ, ਛੀਨਾਪਾਲ, ਜੋਹਲਪਾਲ, ਛੀਨਾਪਾਲ, ਗਦਾਰਾਪਾਲ, ਜੱਜਪਾਲ ਹੋਏ। ਅੱਗੋਂ ਜੱਜਪਾਲ ਦੇ ਘਰ ਜਾਮਪਾਲ ਜੰਮਿਆ ਅਤੇ ਜਾਮਪਾਲ ਵੱਲ ਰਘੂਪਾਲ ਜੰਮਿਆ, ਮੁੜ ਰਘੂਪਾਲ ਦੇ ਘਰ ਸਹਿਰਾਜਪਾਲ ਜੰਮਿਆ ਅਤੇ ਮੁੜ ਸਹਿਰਾਜਪਾਲ ਦੇ ਘਰ 3 ਪੁੱਤਰ ਜੱਜਾਪਾਲ, ਜਠੌਲਪਾਲ ਅਤੇ ਕਰਮਾ ਵਾਲਾ ਹੋਏ। ਸਿੰਧ ਵਿੱਚ ਇਹਨਾਂ ਨੂੰ ਜੱਜਿਆਣੀ ਕਬੀਲਾ ਵੀ ਆਖਦੇ ਨੇ, ਜੱਜਾ ਨਾਇਚ ਕਬੀਲਾ ਵੀ ਆਖਦੇ ਨੇ। ਇਹ ਮੀਰਪੁਰ, ਮਥੇਲਾ, ਕਸ਼ਮੋਰ, ਡੇਰਾ ਗਾਜ਼ੀ ਖਾਂ ਵਿੱਚ ਵੱਸਦੇ ਪਏ ਨੇ। ਜਠੌਲ ਦੀ ਔਲਾਦ ਵੀ ਸਿੰਧ ਵਿੱਚ ਢੇਰ ਗਿਣਤੀ ਵਿੱਚ ਵੱਸਦੀ ਏ। ਇਹਨਾਂ ਦੇ ਯਜਮਾਨ ਵਿੱਚ ਵੀ ਵਾਹਵਾ ਪਿੰਡ ਨੇ। ਇਹਦਾ ਹਵਾਲਾ ਰਿਗਵੇਦ ਜਟਕਾ ਕਹਾਣੀਆਂ ਵਿੱਚ ਵੀ ਇਹ ਜਿਹੜਾ ਅਸਾਂ ਬਿਆਨ ਕੀਤਾ ਮਿਲਦਾ। ਹੁਣ ਅਸੀਂ ਤੁਹਾਡੇ ਨਾਲ ਜੱਜਾ, ਜਠੌਲ ਅਤੇ ਕਰਮਾਂ ਵਾਲਾ ਤਿੰਨਾਂ ਦੀ ਆਲ ਔਲਾਦ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ। ਜੱਜਾ ਦੇ ਘਰ ਇਹ ਪੁੱਤਰ ਜੰਮੇ ਸਨ, ਆਦਮ, ਜਿਹਦੇ 'ਚੋਂ ਕਬੀਲਾ ਸਿੰਧ ਵਿੱਚ ਵੱਸਦਾ ਹੋਇਆ ਆਦਮਾਣੀ ਬਣਿਆ, ਮਹਿਬ ਤੋਂ ਮਹਿਬਾਣੀ ਕਬੀਲਾ ਬਣਿਆ, ਬੋਜਰਾ ਤੋਂ ਬੋਜਰਾਣੀ ਕਬੀਲਾ ਬਣਿਆ, ਇੰਜੀ ਬਮਕਾ ਤੋਂ ਬਮਕਾਣੀ ਕਬੀਲਾ ਬਣਿਆ, ਦੁਰ ਤੋਂ ਦੁਰਿਆਣੀ ਕਬੀਲਾ ਬਣਿਆ, ਤਾਹਰ ਤੋਂ ਤਾਹਰਾਣੀ ਕਬੀਲਾ ਬਣਿਆ, ਸਮਾਇਲ ਤੋਂ ਸਮਾਇਲਾਨੀ ਕਬੀਲੇ ਬਣੇ। ਔਰ ਇਹ ਸਿੰਧ ਵਿੱਚ ਸਾਰੇ ਜੱਜੇ ਦੇ ਪੁੱਤਰਾਂ ਦੇ ਨਾਵਾਂ ਦੇ ਇਹ ਸਾਰੇ ਕਬੀਲੇ ਬਣੇ ਹੋਏ ਨੇ। ਅਤੇ ਇਹ ਜਿਹੜਾ ਸਰਾਇਕੀ ਬੈਲਟ ਹੈ, ਚੋਲਿਸਤਾਨ, ਦੱਖਣੀ ਪੰਜਾਬ, ਇਹਦੇ ਵਿੱਚ ਢੇਰ ਗਿਣਤੀ ਦੇ ਵਿੱਚ ਵੱਸਦੇ ਨੇ ਅਤੇ ਉੱਥੇ ਇਹ ਮਲਕ ਸਦਾਉਂਦੇ ਨੇ। ਇੰਜੀ ਜਠੌਲ ਦੇ ਪੁੱਤਰਾਂ ਦੇ ਨਾਵਾਂ 'ਤੇ ਕਵੀ ਕਬੀਲੇ ਬਣੇ ਹੋਏ ਨੇ, ਅਦਲ ਤੋਂ ਅਦਲਾਣੀ, ਗਮਨਾ ਤੋਂ ਗਮਨਾਣੀ, ਗਦਲਾ ਤੋਂ ਗਦਲਾਣੀ, ਬੇਲਾ ਤੋਂ ਬੇਲਾਨੀ, ਅਲੀਆ ਤੋਂ ਅਲਿਆਣੀ,
ਸਾਖੂ ਤੋਂ ਸਾਖਵਾਣੀ, ਪੀਰੂ ਤੋਂ ਪੀਰੂਵਾਣੀ, ਅਤੇ ਇਸ ਤਰ੍ਹਾਂ ਇਹ ਵੀ ਜਿਹੜੇ ਇਹ ਸਾਰੇ ਸਿੰਧ, ਬਲੋਚਿਸਤਾਨ ਅਤੇ ਮੁਲਤਾਨ, ਡੇਰਾ ਗਾਜ਼ੀ ਖਾਨ ਅਤੇ ਉਹ ਸਾਰਿਆਂ ਇਲਾਕਿਆਂ ਦੇ ਵਿੱਚ ਇਹ ਬਹੁਤ ਜ਼ਿਆਦਾ ਖਿਲਰੇ ਹੋਏ ਨੇ। ਇੰਝ ਜਿਹੜਾ ਇਹਨਾਂ ਦਾ ਤੀਸਰਾ ਭਰਾ ਸੀ ਜੱਜਾ ਅਤੇ ਜਠੌਲ ਦਾ, ਉਹਦਾ ਨਾਂ ਸੀ ਕਰਮਾਂ ਵਾਲਾ। ਉਹਦੇ ਪੁੱਤਰ ਜਿਹੜੇ ਸਨ ਮੰਗਲੂ ਤੋਂ ਮੰਗਲਾਣੀ ਕਬੀਲਾ, ਆਚਰਾ ਤੋਂ ਅਚਰਾਣੀ ਆਚਰਾਣੀ ਕਬੀਲਾ, ਮਲਕਾ ਤੋਂ ਮਲਕਾਣੀ ਕਬੀਲਾ, ਇਹ ਸਾਰੇ ਬਣੇ ਨੇ। ਅਤੇ ਇਹ ਵੀ ਪੰਨੂ ਆਕਲ ਸਿੰਧ ਅਤੇ ਦੱਖਣੀ ਪੰਜਾਬ ਵਿੱਚ ਚੌਖੀ ਗਿਣਤੀ ਵਿੱਚ ਮਿਲਦੇ ਨੇ। ਜੱਜੇ ਜਿਹੜੇ ਨੇ, ਜੱਜੇ ਅਤੇ ਜਠੌਲ ਚੌਖੇ ਮੁਸਲਮਾਨ ਹੀ ਨੇ। ਲੇਕਿਨ ਮੈਂ ਕੁਝ ਸਿੱਖਾਂ ਦੋਸਤਾਂ ਨੂੰ ਟੈਲੀਫੋਨ ਕਰਕੇ ਇੰਡੀਆ ਤੋਂ ਪੁੱਛਿਆ ਅਤੇ ਮੈਨੂੰ ਇਹ ਵੀ ਪਤਾ ਲੱਗਾ ਕਿ ਟਾਵੇਂ ਟਾਵੇਂ ਜੱਜੇ ਜਿਹੜੇ ਨੇ ਉਹ ਸਿੱਖ ਵੀ ਹੈ ਨੇ, ਪਰ ਜ਼ਿਆਦਾ ਢੇਰ ਗਿਣਤੀ ਇਹਨਾਂ ਦੀ ਮੁਸਲਮਾਨਾਂ ਦੀ ਹੈ। ਤੋ ਸੱਜਣੋ, ਇਹ ਸੀ ਜ਼ਿਕਰ ਜੱਜਾ ਅਤੇ ਜਠੌਲ ਕਬੀਲੇ ਦਾ, ਜਿਹੜਾ ਇਹਨਾਂ ਲਫਜ਼ਾਂ ਦੇ ਨਾਲ ਖਤਮ ਹੋਇਆ। ਇਹਸਾਨ ਬਾਜਵਾ ਨੂੰ ਬਾਬਾ ਬਾਜਵਾ ਚੈਨਲ ਤੋਂ ਇਜਾਜ਼ਤ ਦਿਓ। ਤੁਹਾਡੇ ਨਾਲ ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ 'ਚ। ਉਸ ਵੇਲੇ ਤਾਈਂ ਇਜਾਜ਼ਤ ਦਿਓ, ਖੁਸ਼ ਰਹੋ, ਹੱਸਦੇ ਵਸਦੇ ਰਹੋ ਅਤੇ ਜਿਉਂਦੇ ਵਸਦੇ ਰਹੋ।